जिथा जाए भई भला कई चकर चहन अर बरन जात अर पात नहन जे रूप रंग अर रेख भेख को कह न सकत के अचल मूरत अनुभव प्रकाश अमितोज कहे जै कोट इंद्र इंद्राण शाह शाहान गड़िजै त्रिभवन महीप सुर नर असुर नेत नेत बन तृण कहत तव सर्व नाम कथय कवन कर्म नाम बरनत सुमत तव सर्व नाम कथय कवन कर्म नाम बरनत सुमत। कलगीधर पातशाह वालिए कुल आलम अमृत के दाते शाह शहनशाह मुकबलो मकबूल वासलो मौसूल धन धन श्री गुरु गोबिंद सिंह सच्चे पातशाह जी दे पावन मुबारक मिठड़े बोल जो परमेश्वर दे दर घर की वड्डी वड्याई नूं बयान करदे ने ते हर गुरसिख दे जो गुरु की भै भावनी विच जीवन जीवन वाला है नित दा नेमी है ये पावन बचन पढ़ के ही गुरु दे सिख दा अमृत वेला आरंभ हुंदा है। जाप साहब दी पवित्र बाणी दा पहला छंद जाप साहब दी मुबारक बाणी दा आरंभक उपदेश जो वड्डे कियां वड्याइयां नूं बाकमाल ढंग दे नाल वर्णन करदा है। दोए कर जोड़ एक बेनती करां साध संगत जी वड्डे कियां वड्याइयां नूं ओही पछाण सकदा है जो आप उस वर्गा होवे जो आप मंजिल तक पहुंचया होवे एवड ऊंचा होवै कोए तिस ऊंचे को जाने सोए। गुरु नानक दा घर किन्ना विशाल ते उच्चा है किन्ना उत्तम ते सुच्चा है गुरु आप निरंकार दा स्वरूप जो होया सो इसलिए परमेश्वर दियां वड्डियां वड्याइयां नूं गुरु आप जानदा है गुरु आप आपे परमेश्वर जो होया। सच्चे पातशाह जी बाणी दे विच इशारा करदे ने समुंद विरोल शरीर हम देखिया एक वस्त अनूप दिखाई गुर गोबिंद गोबिंद गुरु है नानक भेद ना पाई। गुरु विच ते परमेश्वर विच कोई भेद नहीं गुर परमेश्वर एको जान जो तिस पावै सो परवान। भावें बाबे नानक दे दर घर दी निम्रता इन्नी विशाल है कि बाबे नानक ने कदे अपने आप नूं अकाल दा रूप नहीं किया सगों उस सोहणे रब दे दर घर दा गुलाम किया। यह वखरा विशा है क्योंकि यह बाबे नानक दे दर घर दी निम्रता दे नाल संबंधित है पर बाबे विच ते निरंकार परमेश्वर विच कोई भेत ना जाणिओ। सच्चे पातशाह इस जगत ते भलाई कारज करन लई
ਥਾਂ ਥਾਂ 'ਤੇ ਭਟਕਦੀ ਹੋਈ ਮਨੁੱਖਤਾ ਨੂੰ ਇੱਕ ਓਅੰਕਾਰ ਦੇ ਲੜ ਲਾਉਣ ਲਈ ਆਏ ਅਤੇ ਸੰਸਾਰ ਫੇਰੀਆਂ ਦੇ ਦੌਰਾਨ ਚਾਰ ਉਦਾਸੀਆਂ ਕਰਦਿਆਂ ਭਰਮਦਿਆਂ ਭਟਕਦਿਆਂ ਨੂੰ ਵਾਹਿਗੁਰੂ ਦੇ ਲੜ ਲਾਇਆ। ਇਹ ਮਹਾਨ ਕੰਮ ਕੇਵਲ ਗੁਰੂ ਨਾਨਕ ਦੇਵ ਜੀ ਦਾ ਹੀ ਸੀ ਜਿਨ੍ਹਾਂ ਨੇ ਸੁਧਾਰ ਦੇ ਸੁੱਚੇ ਅਸੂਲ ਲੱਭੇ, ਵਰਤੇ ਅਤੇ ਬੁਨਿਆਦਾਂ ਰੱਖੀਆਂ, ਸਿੱਖੀ ਦਾ ਮਹਿਲ ਉਸਾਰਿਆ ਬਣਾਇਆ, ਜਿਨ੍ਹਾਂ ਸਦਕਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਮ ਵਤਨਾਂ ਦਿਆਂ ਦਿਲਾਂ ਵਿੱਚ ਇੱਕ ਨਵੀਂ ਕੌਮੀਅਤ ਦਾ ਭਾਂਬੜ ਮਚਾ ਦਿੱਤਾ ਅਤੇ ਅਮਲੀ ਤੌਰ 'ਤੇ ਇਸ ਮਜ਼ਹਬੀ ਸਿਧਾਂਤ ਨੂੰ ਸਮਾਜੀ ਅਤੇ ਰਾਜਨੀਤਿਕ ਸ਼ਕਲ ਦਿੱਤੀ ਕਿ ਨਸਲ ਅਤੇ ਧਰਮ, ਧਾਰਮਿਕ ਆਸ਼ਾਵਾਂ ਅਤੇ ਸਿਆਸੀ ਟੀਚਿਆਂ ਅਤੇ ਸਮਾਜਿਕ ਹੱਕਾਂ ਦੇ ਸੰਬੰਧ ਵਿੱਚ ਗਰੀਬ ਤੋਂ ਗਰੀਬ, ਨੀਵੇਂ ਤੋਂ ਨੀਵੇਂ, ਅਮੀਰ ਤੋਂ ਅਮੀਰ ਅਤੇ ਉੱਚੇ ਤੋਂ ਉੱਚੇ ਸਭ ਬਰਾਬਰ ਹਨ। ਗੁਰੂ ਨਾਨਕ ਦੇਵ ਜੀ ਅਰਸਤੂ ਵਾਂਗ ਅੜਾਉਣੀਆਂ ਨਹੀਂ ਪਾਉਂਦੇ ਸਨ, ਸਗੋਂ ਉਸਤਾਦ ਵਾਂਗ ਹਰ ਗੁੰਝਲ ਨੂੰ ਸੁਲਝਾਉਂਦੇ ਸਨ। ਇੱਕ ਟੁੰਬਵੇਂ ਵਾਕ ਨਾਲ ਹੀ ਸਾਹਮਣੇ ਵਾਲੇ ਦੇ ਕੁਕਰਮ ਦਰਸਾ ਦਿੰਦੇ ਸਨ। ਉਹ ਸਵਾਲ ਨਹੀਂ ਸਨ ਕਰਦੇ, ਸਗੋਂ ਪੁੱਛਾਂ ਦਾ ਉੱਤਰ ਦਿੰਦੇ ਸਨ। ਉਹ ਜਦ ਨਿੰਮਾ ਨਿੰਮਾ ਮੁਸਕਰਾਉਂਦੇ ਸਨ ਤਾਂ ਕਈਆਂ ਦੇ ਪਾਪ ਝੜ ਜਾਂਦੇ ਸਨ। ਆਸਾ ਦੀ ਵਾਰ ਅਤੇ ਭਾਈ ਦੁਨੀ ਚੰਦ ਨਾਲ ਹੋਈ ਲਾਹੌਰ ਵਿਖੇ ਗੱਲਬਾਤ ਇਸ ਗੱਲ ਦੀ ਸੂਚਕ ਹੈ। ਗੁਰੂ ਨਾਨਕ ਦੇਵ ਜੀ ਕਿੰਨਾ ਸੁੰਦਰ ਫਰਮਾਉਂਦੇ ਹਨ, ਕੈਸਾ ਆਨੰਦ ਆਉਂਦਾ ਹੋਵੇਗਾ ਉਸ ਵੇਲੇ ਜਦ ਸਵਰਗਪੁਰੀ ਵਿੱਚ ਬੈਠੇ ਪਿੱਤਰ ਦੂਜੇ ਪਿੱਤਰ ਵੱਲੋਂ ਚੜਾਏ ਗਏ ਚੋਰੀ ਦੇ ਮਾਲ ਨੂੰ ਪਛਾਣ ਲੈਂਦੇ ਹੋਣਗੇ। ਕਿਸ ਪ੍ਰਕਾਰ ਦਾ ਸਤਿਗੁਰਾਂ ਨੇ ਖਾਕਾ ਤਿਆਰ ਕੀਤਾ ਅਤੇ ਸਮਝਾਇਆ, ਭਲਿਆ ਲੋਕਾ ਇਹ ਗੱਲ ਸਮਝ ਲੈ ਕਿ ਅੱਗੇ ਉਹ ਕੁਝ ਮਿਲਦਾ ਹੈ ਜੋ ਆਪ ਖਟਿਆ ਹੋਵੇ, ਘਾਲ ਕਮਾਈ ਹੋਵੇ। ਜੇ ਮੁਹਾਕਾ ਕਰਮ ਹੈ ਕਰਮ ਪਿਤਰੀ ਦੇ, ਅਗੈ ਵਸਤ ਸੰਝਾਣੀਐ ਪਿਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ ਮੁਸਫੀ ਏ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਸਤਿਗੁਰਾਂ ਨੇ ਆਸਾ ਕੀ ਵਾਰ ਦੀ ਪਵਿੱਤਰ ਬਾਣੀ ਵਿੱਚ ਇਹ ਨਿਰਣਾ ਕੀਤਾ ਅਤੇ ਜਗਤ ਨੂੰ ਸੁਚੱਜੇ ਮਾਰਗ ਵੱਲ ਤੁਰਨ ਦੀ ਪ੍ਰੇਰਨਾ ਦਿੰਦਿਆਂ, ਕੂੜ ਰਾਹ ਤੋਂ ਬਚਾਉਂਦਿਆਂ ਧਰਮ ਦੀ ਜ਼ਿੰਮੇਵਾਰੀ ਨਿਭਾਉਣ ਦਾ ਉਪਦੇਸ਼ ਬਖਸ਼ਿਸ਼ ਕੀਤਾ। ਹਰਿਦੁਆਰ ਦੀ ਸਾਖੀ ਜਗਤ ਪ੍ਰਸਿੱਧ ਹੈ। ਪੱਛਮ ਵੱਲ ਪਾਣੀ ਦੇਣ ਅਤੇ ਜਗਨਨਾਥਪੁਰੀ ਵਿਖੇ ਪਖੰਡੀ ਸਾਧ ਦਾ ਲੋਟਾ ਛੁਪਾਉਣ ਵਾਲੀਆਂ ਸਾਖੀਆਂ ਹਰ ਇੱਕ ਸਿੱਖ ਭਲੀ ਭਾਂਤ ਜਾਣੂ ਹੈ। ਜਦੋਂ ਵਸ਼ਿਸ਼ਠ ਜੀ ਨੇ ਆਪਣੇ ਸਾਰਿਆਂ ਚੇਲਿਆਂ ਨੂੰ ਪਿਛਾਂ ਮੁੜ ਕੇ ਦੇਖਣ ਲਈ ਕਿਹਾ ਤੇ ਕਹਿੰਦੇ ਨੇ ਕਿ ਸਾਰੇ ਚੇਲੇ ਪਿੱਛੇ ਮੁੜ ਕੇ ਦੇਖਣ ਲੱਗ ਪਏ, ਪਰ ਸ੍ਰੀ ਰਾਮ ਚੰਦਰ ਨੇ ਸਿਰ ਝੁਕਾ ਲਿਆ ਅਤੇ ਉੱਥੇ ਹੀ ਖੜ੍ਹੇ ਰਹੇ। ਵਸ਼ਿਸ਼ਠ ਜੀ ਨੇ ਛਾਤੀ ਨਾਲ ਲਾ ਕੇ ਕਿਹਾ ਸੀ, ਅਸਲ ਗੱਲ ਤਾਂ ਰਾਮ ਸਮਝ ਗਿਆ ਏ। ਅਸਲ ਵਿੱਚ ਵਸ਼ਿਸ਼ਠ ਜੀ ਦਾ ਕਹਿਣਾ ਸੀ ਕਿ ਸਾਰੇ ਆਪਣੇ ਪਿੱਛੇ ਮੁੜ ਕੇ ਨਜ਼ਰ ਮਾਰੋ ਅਤੇ ਜਦ ਕੋਈ ਗੱਲ ਸਮਝ ਕੇ ਨਜ਼ਰ ਮਾਰਦਾ ਹੈ ਤਾਂ ਉਸ ਨੂੰ ਸ਼ਰਮ ਆ ਜਾਵੇਗੀ ਅਤੇ ਗੁਰੂ ਅੱਗੇ ਸੀਸ ਝੁਕ ਜਾਵੇਗਾ। ਗੁਰੂ ਨਾਨਕ ਦੇਵ ਜੀ ਨੇ ਐਸੀ ਜੁਗਤ ਵਰਤੀ ਕਿ ਸਭ ਆਪਣੇ ਅੰਦਰ ਝਾਕਣ ਲੱਗੇ ਅਤੇ ਸਾਰੇ ਹੀ ਗੁਰਮੁਖ ਹੋ ਨਿਬੜੇ।
ਨੂਰ ਉਨਸਾਂ ਨੇ ਜਦ ਪਿਛਲੇ ਕਰਮਾਂ ਵੱਲ ਝਾਤ ਮਾਰੀ ਤਾਂ ਨੂਰ ਵਾਲੀ ਹੋ ਗਈ, ਜੀਵਨ ਨੂਰੋ ਨੂਰ ਹੋ ਗਿਆ। ਸੱਜਣ ਨੇ ਜਦ ਆਪੇ ਵੱਲ ਦੇਖਿਆ ਤਾਂ ਉਸ ਦੀ ਕਤਲਗਾਹ ਧਰਮਸ਼ਾਲਾ ਬਣ ਗਈ। ਸਿੱਧਾਂ ਨੇ ਜਦ ਪੁੱਛਿਆ ਕਿ ਸਾਨੂੰ ਤਾਂ ਕਹਿੰਦੇ ਹੋ ਕਿ ਘਰ ਨਾ ਛੱਡੋ, ਗ੍ਰਹਿਸਥ ਨਾ ਤਜੋ, ਧੰਦਾ ਨਾ ਤਿਆਗੋ, ਪਰ ਤੁਸਾਂ ਵੀ ਤਾਂ ਘਰ ਛੱਡਿਆ, ਗ੍ਰਹਿਸਥ ਤਜਿਆ, ਉਦਾਸੀ ਬਣ ਗਏ। ਸਾਨੂੰ ਆਖਦੇ ਹੋ ਭੇਖ ਨਾ ਕਰੋ, ਪਰ ਤੁਸਾਂ ਵੀ ਪਹਿਲੀ ਉਦਾਸੀ ਵੇਲੇ ਭਗਵੇਂ ਬਸਤਰ ਪਾਏ, ਦੂਜੀ ਉਦਾਸੀ ਵੇਲੇ ਚਿੱਟੇ ਬਸਤਰ ਪਾਏ, ਅਤੇ ਤੀਜੀ ਉਦਾਸੀ ਵੇਲੇ ਨੀਲੇ ਬਸਤਰ ਪਾਏ, ਅਤੇ ਤੁਸੀਂ ਵੀ ਥਾਂ ਥਾਂ ਭਟਕਦੇ ਰਹੇ। ਸਿੱਧਾਂ ਨੇ ਇਹ ਸਵਾਲ ਪੁੱਛਿਆ ਸੀ। ਸਿੱਧ ਗੋਸ਼ਟ ਵਿੱਚ ਇਹ ਬਚਨ ਦਰਜ ਨੇ, ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਅਤੇ ਸਤਿਗੁਰੂ ਨੇ ਬਚਨ ਕੀਤਾ ਸੀ। ਸਿੱਧਾਂ ਦੇ ਇਸ ਪ੍ਰਸ਼ਨ ਦਾ ਉੱਤਰ ਦਿੰਦਿਆਂ ਸਤਿਗੁਰਾਂ ਨੇ ਆਖਿਆ, ਸਿਰਫ ਗੁਰਮੁਖਾਂ ਨੂੰ ਢੂੰਡਣ ਲਈ ਘਰੋਂ ਨਿਕਲਿਆ, ਗੁਰਮੁਖ ਖੋਜਤ ਭਏ ਉਦਾਸੀ। ਹਿੰਦੁਸਤਾਨ ਇਹੋ ਸੁਣਦਾ ਆ ਰਿਹਾ ਸੀ, ਸਾਧੂ ਨਾ ਚੱਲੇ ਜਮਾਤ, ਪਰ ਇੱਥੇ ਤਾਂ ਸਾਧੂਆਂ ਦੀ ਇੱਕ ਜਮਾਤ ਪੱਕੀ ਸੰਗਤ ਬੰਨਣੀ ਸੀ। ਭੇਖ ਵੀ ਇਸ ਲਈ ਧਾਰਨ ਕੀਤਾ ਕਿ ਇੱਕ ਨਵਾਂ ਦਰਸ਼ਨ ਫਲਸਫਾ ਲੱਭਿਆ ਜਾ ਸਕੇ ਜੋ ਸਭ ਲਈ ਕਲਿਆਣਕਾਰੀ ਹੋਵੇ। ਭੇਖ ਦੀ ਵਿਅਰਥਤਾ ਹੀ ਦਰਨਾਉਣ ਲਈ ਆਪ ਜੀ ਨੇ ਐਸਾ ਪਹਿਰਾਵਾ ਰੱਖਿਆ ਜੋ ਕਿਸੇ ਵੀ ਪ੍ਰਚਲਿਤ ਮਤ ਦਾ ਨਹੀਂ ਸੀ। ਪੁਰਾਤਨ ਜਨਮ ਸਾਖੀ ਅਨੁਸਾਰ ਬਾਬੇ ਦੇ ਇਸ ਪਹਿਰਾਵੇ ਦਾ ਜ਼ਿਕਰ ਇਤਿਹਾਸਕਾਰਾਂ ਨੇ ਦਰਜ ਕੀਤਾ। ਇੱਕ ਬਸਤਰ ਅੰਬੋਆ, ਇੱਕ ਬਸਤਰ ਚਿੱਟਾ, ਇੱਕ ਪੈਰ ਜੁੱਤੀ, ਇੱਕ ਪੈਰ ਖੜਾਵਾਂ, ਗਲ ਕਫਨੀ, ਸੀਸ ਪੈਰਨ ਕਲੰਦਰੀ। ਇਹ ਸਭ ਗੱਲਾਂ ਇਤਿਹਾਸਕਾਰਾਂ ਨੇ ਆਪੋ ਆਪਣੀ ਮਤ ਅਨੁਸਾਰ ਲਿਖੀਆਂ ਨੇ। ਦਰਸ਼ਨ ਕੈ ਤਾਈ ਭੇਖ ਨਿਵਾਸੀ, ਆਪ ਜੀ ਦਾ ਕਥਨ ਸੀ, ਸੱਚ ਦਾ ਵਪਾਰੀ ਹਾਂ ਅਤੇ ਜੋ ਗੁਰੂ ਵੱਲ ਮੂੰਹ ਕਰਕੇ ਰੱਖੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਜਾਚ ਸਿੱਖ ਲਵੇਗਾ। ਸਿੱਧ ਗੋਸ਼ਟ ਦੇ ਵਿੱਚ ਬਾਬਾ ਜੀ ਦੇ ਬਚਨ, ਸਾਚ ਵੱਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਇਸ ਸੰਬੰਧ ਵਿੱਚ ਭਾਈ ਗੁਰਦਾਸ ਜੀ ਦੀ ਇੱਕ ਤੁੱਕ ਬੜੇ ਗੌਰ ਨਾਲ ਪੜ੍ਹੀ ਜਾਂਦੀ ਹੈ। ਭਾਈ ਸਾਹਿਬ ਲਿਖਦੇ ਨੇ, ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਵਾਪਸ ਆਏ ਤਾਂ ਉਹਨਾਂ ਉਦਾਸੀ ਵਾਲਾ ਬਾਣਾ ਲਾ ਦਿੱਤਾ ਅਤੇ ਸੰਸਾਰੀ ਕੱਪੜੇ ਪਹਿਨ ਲਏ। ਉੱਥੇ ਟਿਕ ਕੇ ਲੋਕਾਂ ਨੂੰ ਜੀਵਨ ਜੁਗਤ ਦਰਸਾਉਣ ਲੱਗੇ। ਭਾਈ ਸਾਹਿਬ ਫਰਮਾਉਂਦੇ ਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕਿਆ ਅਵਤਾਰਾ। ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ, ਭੇਖ ਫਕੀਰੀ ਤਜਿਓ ਸਰੀਰਾ, ਸੰਸਾਰੀ ਪਹਿਰੇ ਪੁਨ ਚੀਰਾ, ਕਿਰਖੀ ਕਰਾਵਨ ਲਗੈ ਵਿਸਾਲਾ, ਦੇਗ ਚਲਾਵੈ ਪਰਮ ਕਿਰਪਾਲਾ। ਸੱਚੇ ਪਾਤਸ਼ਾਹ ਖੇਤੀ ਕਰਨ ਲੱਗੇ, ਤਨ ਹੈ ਉਹ ਮੁਬਾਰਕ ਧਰਤੀ ਜਿੱਥੇ ਸਤਿਗੁਰਾਂ ਨੇ ਆਪ ਖੇਤਾਂ ਵਿੱਚ ਬੀਜ ਬੀਜਿਆ ਹੋਵੇਗਾ,
ਆਪ ਗੋਡੀ ਕੀਤੀ ਹੋਵੇਗੀ, ਹਲ ਚਲਾਇਆ ਹੋਵੇਗਾ, ਵੱਤਰ ਲਾਇਆ ਹੋਵੇਗਾ, ਫਸਲਾਂ ਨੂੰ ਪਾਣੀ ਦਿੱਤਾ ਹੋਵੇਗਾ, ਖੂਹ ਗੇੜੇ ਹੋਣਗੇ ਅਤੇ ਤਿਆਰ ਫਸਲ ਨੂੰ ਸਤਿਗੁਰਾਂ ਨੇ ਆਪ ਵੱਢਿਆ ਹੋਵੇਗਾ। ਕਿਰਖੀ ਕਰਾਵਨ ਲੱਗਾ ਹੈ ਵਿਸਾਲਾ, ਕਿਰਸ਼ੀ ਦਾ ਕਾਰਜ, ਖੇਤੀ ਦਾ ਕਾਰਜ। ਦੁਨੀਆ ਉਸ ਸਮੇਂ ਤੱਕ ਸੁਣਦੀ ਆਈ ਸੀ ਕਿ ਬਾਣ ਪ੍ਰਸਤੀ ਤੋਂ ਬਾਅਦ ਵਰਣ ਆਸ਼ਰਮ ਨੂੰ ਮੰਨਣ ਵਾਲਾ ਹੀ ਸੰਨਿਆਸੀ ਹੁੰਦਾ ਹੈ, ਬਾਣ ਪ੍ਰਸਤੀ ਕਦੇ ਵੀ ਫਿਰ ਗ੍ਰਸਤੀ ਜਾਂ ਸੰਸਾਰੀ ਨਹੀਂ ਹੋ ਸਕਦਾ। ਪਰ ਇੱਥੇ ਜਦ ਗੁਰਮੁਖ ਢੂੰਡਣ ਅਤੇ ਫਿਰ ਇੱਕ ਥਾਂ ਬਿਠਾਉਣ ਦਾ ਮੰਤਵ ਪੂਰਾ ਹੋ ਗਿਆ ਤਾਂ ਆਪ ਜੀ ਨੇ ਉਦਾਸੀ ਭੇਖ ਉਤਾਰ ਦਿੱਤਾ। ਇਹ ਵੀ ਵਰਣ ਆਸ਼ਰਮ 'ਤੇ ਇੱਕ ਕਰਾਰੀ ਸੱਟ ਸੀ, ਵਿਤਕਰੇ ਦੇ ਉੱਤੇ ਇੱਕ ਬੜਾ ਵੱਡਾ ਵਾਰ ਕੀਤਾ ਬਾਬੇ ਨਾਨਕ ਨੇ। ਗੁਰੂ ਬਾਬਾ ਜੀ ਗੁਰਮੁਖ ਢੂੰਡਣ ਲਈ ਹਰਨ, ਮਿਰਗ, ਕੋਕਲ ਅਤੇ ਮੱਛਲੀ ਵਾਂਗ ਬਣ, ਖੇਤਾਂ, ਬਾਗਾਂ, ਬਸਤੀਆਂ ਅਤੇ ਸਾਗਰਾਂ ਦੀ ਯਾਤਰਾ ਕੀਤੀ, ਪਹਾੜਾਂ ਪਰਬਤਾਂ 'ਤੇ ਜਾ ਚੜ੍ਹੇ, ਫਿਰ ਇੱਕ ਵਾਰੀ ਸੰਸਾਰੀ ਬਣ ਕੇ ਉਲਟੀ ਗੰਗਾ ਵਹਾ ਦਿੱਤੀ। ਭਾਈ ਗੁਰਦਾਸ ਜੀ ਨੇ ਉਲਟੀ ਗੰਗਾ ਵਾਲਾ ਸ਼ਬਦ ਵਰਤਿਆ ਹੈ ਅਤੇ ਰਾਏ ਸੱਤੇ ਬਲਵੰਡ ਜੀ ਨੇ ਹੋਰਿਓਂ ਗੰਗ ਵਹਾਈਐ ਦੁਨਿਆਈ ਆਖੇ ਕਿ ਕਿਉਨ, ਨਾਨਕ ਈਸਰ ਜਗਤਨਾਥ ਉਚਹਿੰਦੀ ਵੈਣ ਵਿਰ ਕਿਉਨ, ਇਹਨਾਂ ਬਚਨਾਂ ਵੱਲ ਇਸ਼ਾਰਾ ਕੀਤਾ ਹੈ। ਸੁਲਤਾਨਪੁਰ ਤੋਂ ਤੁਰਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਨਵੀਂ ਰਬਾਬ ਬਣਵਾ ਕੇ ਦਿੱਤੀ ਅਤੇ ਰਬਾਬ ਲਈ ਰਕਮ ਭੈਣ ਨਾਨਕੀ ਜੀ ਨੇ ਦਿੱਤੀ। ਫਿਰੰਦੇ ਨਾਂ ਦੇ ਕਾਰੀਗਰ ਨੇ ਇਹ ਰਬਾਬ ਬਣਾਈ। ਭੈਣ ਨਾਨਕੀ ਜੀ ਪਾਸੋਂ ਰਬਾਬ ਲੈਣ ਦਾ ਭਾਵ ਸੀ ਕਿ ਜੋ ਧਰਮ ਮੰਦਿਰ ਗੁਰੂ ਨਾਨਕ ਦੇਵ ਜੀ ਉਸਾਰ ਰਹੇ ਸਨ, ਉਸ ਵਿੱਚ ਇਸਤਰੀ ਦਾ ਯੋਗ ਫਰਜ਼ ਅਤੇ ਥਾਂ ਬਰਾਬਰ ਦੀ ਹੈ। ਸੁਲਤਾਨਪੁਰ ਤੋਂ ਚੱਲ ਕੇ ਬਿਆਸ ਉਸ ਅਸਥਾਨ ਤੋਂ ਪਾਰ ਕੀਤਾ ਜਿੱਥੇ ਅੱਜ ਕੱਲ੍ਹ ਗੋਇੰਦਵਾਲ ਸਾਹਿਬ ਸੁਭਾਏਮਾਨ ਹੈ ਅਤੇ ਬਚਨ ਕੀਤਾ ਸੀ, ਮਹਾਂਪੁਰਖ ਇੱਕ ਆਵੇਗਾ, ਕੀਰਤਨ ਹੋਵੇਗਾ, ਵੱਸੋਂ ਵਧੇਗੀ। ਇਸੇ ਪਾਵਨ ਅਸਥਾਨ 'ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਟਿਕਾਣਾ ਕੀਤਾ। ਸਤਿਗੁਰੂ ਜੀ 3 ਦਿਨ ਇਸ ਥਾਂ 'ਤੇ ਰਹੇ। ਉੱਥੋਂ ਹੀ ਮਰਦਾਨਾ ਜੀ ਨੂੰ ਪਿੰਡ ਦੇ ਪੱਤਣ ਅਤੇ ਲੋਕਾਂ ਨੇ ਬਹੁਤ ਧਨ ਪਦਾਰਥ ਬਸਤਰ ਭੇਟ ਕੀਤੇ ਅਤੇ ਉਹ ਸਾਰੀਆਂ ਵਸਤਾਂ ਗੁਰੂ ਨਾਨਕ ਦੇਵ ਜੀ ਪਾਸ ਲੈ ਆਏ। ਗੁਰੂ ਨਾਨਕ ਦੇਵ ਜੀ ਨੇ ਉੱਥੇ ਉਦਾਸੀ ਦਾ ਪਹਿਲਾ ਉਪਦੇਸ਼ ਦਿੱਤਾ ਜੋ ਧਰਮ ਦੇ ਪ੍ਰਚਾਰਕ ਆਗੂਆਂ ਲਈ ਬਹੁਤ ਲਾਜ਼ਮੀ ਹੈ। ਸਤਿਗੁਰਾਂ ਨੇ ਇਹ ਸਭ ਭੇਟਾਵਾਂ ਵੱਲ ਦੇਖ ਕੇ ਕਿਹਾ, ਮਰਦਾਨਿਆ, ਇਹ ਜੋ ਸੋ ਕਿਹਾ ਹੈ, ਜੋ ਤੂੰ ਲੈ ਆਇਆ ਹੈ। ਤਾਂ ਮਰਦਾਨੇ ਸਹਿਜ ਸੁਭਾਏ ਆਖਿਆ, ਬਾਬਾ ਜੀ ਤੇਰੇ ਆਰਥ ਲੋਕਾਂ ਪੂਜਾ ਕੀਤੀ ਹੈ, ਲੋਕਾਂ ਜੇ ਆਣ ਚੜ੍ਹਾਏ ਸੋ ਮੈਂ ਆਣੇ ਹੈਨ, ਜਿਵ ਰਜਾਏ ਹੋਵੇ ਤਿਵ ਮੈਂ ਕਰੀ। ਪਾਓ ਬਾਬਾ ਜੀ, ਤੁਹਾਡੇ ਸਤਿਕਾਰ ਦੇ ਵਿੱਚ ਸੰਸਾਰੀ ਲੋਕਾਂ ਨੇ ਜੋ ਪਦਾਰਥ ਭੇਟਾ ਕੀਤੇ ਹਨ, ਮੈਂ ਤਾਂ ਉਹ ਤੁਹਾਡੇ ਸਨਮੁੱਖ ਪੇਸ਼ ਕੀਤੇ ਹਨ, ਅੱਗੋਂ ਜਿਵੇਂ ਤੁਸੀਂ ਹੁਕਮ ਕਰੋ। ਅਤੇ ਬਾਬਾ ਜੀ ਨੇ ਬਚਨ ਕੀਤਾ ਸੀ, ਮਰਦਾਨਿਆ, ਤੈਂ ਤਾਂ ਇਹ ਆਂਦੇ ਸੋ ਭਲਾ ਕੀਤਾ, ਇਹ ਸਾਡੇ ਕੰਮ ਨਹੀਂ ਪਏ ਭੱਟ। ਮਰਦਾਨਿਆ, ਇਹ ਸੱਟ ਘੱਤ ਇੱਥੇ ਹੀ। ਮਰਦਾਨੇ ਸੱਟ ਘੱਤਿਆ, ਉੱਥੇ ਮਾਇਆ ਅਤੇ ਕੱਪੜੇ ਪਾਓ। ਸਤਿਗੁਰਾਂ ਨੇ ਦੁਨਿਆਵੀ ਪਦਾਰਥਾਂ ਦੇ ਲਾਲਚ ਵਿੱਚੋਂ ਮਨੁੱਖ ਨੂੰ ਕੱਢਿਆ। ਪ੍ਰਚਾਰ ਵਿੱਚ ਜਦ ਪੂਜਾ ਦਾ ਧਾਨ ਆ ਗਿਆ ਤਾਂ ਦੋਜਖ ਬਣ ਗਿਆ। ਜਿਸ ਮਾਇਆ ਨੇ ਵਸੀਲਾ ਬਣਨਾ ਹੈ ਉਹ ਗਿਰਾਵਟ ਦਾ ਕਾਰਨ ਬਣ ਜਾਏਗੀ।
ਧਰਮ ਦੇ ਪਾਂਧੀਆਂ ਨੂੰ ਹੋਲਾ ਫੁੱਲ ਹੋ ਕੇ ਵਿਚਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਗੱਲ ਇਹ ਮਰਦਾਨਿਆ, ਪਰਮੇਸ਼ਵਰ ਅਤੇ ਮਾਇਆ ਕੀ ਬਣ ਨਹੀਂ ਆਉਂਦੀ। ਜੇ ਮਾਇਆ ਪਿੱਛੇ ਲੱਗ ਪਰਮੇਸ਼ਵਰ ਨੂੰ ਭਾਲੀਏ ਤਾਂ ਉਹ ਹੱਥ ਨਹੀਂ ਆਉਂਦਾ, ਔਰ ਜੇ ਪਰਮੇਸ਼ਵਰ ਭਾਲੀਏ ਤਾਂ ਮਾਇਆ ਹੱਥ ਨਹੀਂ ਆਉਂਦੀ। ਪਰਮੇਸ਼ਰ ਭਾਲਣ ਦਾ ਇਹ ਰਾਹ ਠੀਕ ਨਹੀਂ ਕਿ ਮਾਇਆ ਵੀ ਇਕੱਠੀ ਕਰੋ ਅਤੇ ਪਰਮੇਸ਼ਵਰ ਦੀ ਵੀ ਭਾਲ ਕਰੋ। ਉੱਥੋਂ ਉਸੇ ਥਾਂ ਚਰਨ ਪਾਏ ਜਿੱਥੇ ਪਿੱਛੋਂ ਤਰਨ ਤਾਰਨ ਗੁਰੂ ਅਰਜਨ ਦੇਵ ਜੀ ਨੇ ਉਸਾਰਿਆ। ਫਿਰ ਫਤਿਹਾਬਾਦ ਰਾਤ ਕੱਟ ਕੇ ਸੁਲਤਾਨ ਵਿੰਡ ਪਿੰਡ ਦੀ ਜੂਹ ਵਿੱਚ ਪੁੱਜੇ। ਇੱਕ ਢਾਬ ਦੇ ਕਿਨਾਰੇ ਬਿਰਛ ਹੇਠਾਂ ਬੈਠ ਸ਼ਬਦ ਗਾਉਣ ਲੱਗੇ। ਉੱਥੇ ਹੀ ਸੰਗਤ ਆਣ ਜੁੜੀ ਤਾਂ ਆਪ ਜੀ ਨੇ ਸਹਿਜੇ ਬਚਨ ਕੀਤਾ, ਇੱਥੇ ਭੋਗ ਮੋਖ ਦਾ ਪ੍ਰਵਾਹ ਚੱਲੇਗਾ। ਇਤਿਹਾਸਕਾਰਾਂ ਅਨੁਸਾਰ ਇਸੇ ਅਸਥਾਨ 'ਤੇ ਦੁੱਖ ਭੰਜਨੀ ਹੈ। ਅੰਮ੍ਰਿਤਸਰ ਉਸੇ ਹੀ ਜੂਹ ਵਿੱਚ ਵਸਿਆ ਜੋ ਧਾਰਮਿਕ ਕੇਂਦਰ ਹੋਣ ਦੇ ਨਾਲ ਨਾਲ ਤਜਾਰਤ ਅਤੇ ਵਪਾਰ ਦਾ ਵੀ ਮੁੱਖ ਕੇਂਦਰ ਬਣ ਗਿਆ। ਉੱਥੋਂ ਆਪ ਜੀ ਰਾਮ ਤੀਰਥ ਪੁੱਜੇ ਅਤੇ ਰਾਮ ਚਰਨ ਦਾਸ ਵੈਰਾਗੀ ਨੂੰ ਧਰਮ ਦਾ ਤੱਤ ਸਮਝਾਇਆ। ਲੋਕਾਂ ਨੂੰ ਡਰ ਦੇ ਕੇ ਧਨ ਇਕੱਠਾ ਕਰਨਾ, ਵਰ ਦੇ ਕੇ ਭੇਟਾ ਲੈਣੀਆਂ, ਇਹ ਧਰਮ ਦਾ ਰਾਹ ਨਹੀਂ। ਉੱਥੋਂ ਆਪ ਮਾਝੇ ਵਿੱਚ ਵਿਚਰਦੇ ਰਹੇ ਅਤੇ ਦੀਪਾਲਪੁਰ ਇੱਕ ਕੋੜੀ ਦੇ ਘਰ ਪੁੱਜੇ, ਜਿਸ ਨੂੰ ਪਿੰਡ ਵਾਸੀਆਂ ਨੇ ਪੱਕਾ ਰੋਗੀ ਜਾਣ ਕੇ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ। ਆਪ ਜੀ ਨੇ ਟਿਕਾਣਾ ਹੀ ਉਸ ਰੋਗੀ ਦੇ ਪਾਸ ਜਾ ਕੇ ਕੀਤਾ। ਜਦ ਬੂਹਾ ਖੜਕਾਇਆ ਤਾਂ ਉਸ ਤਰਾਹ ਕੇ ਆਖਿਆ, ਮੇਰੇ ਨੇੜੇ ਨਾ ਆਉਣਾ, ਮੈਂ ਪੱਕਾ ਰੋਗੀ ਹਾਂ, ਕੋੜੀ ਹਾਂ। ਗੁਰੂ ਜੀ ਨੇ ਫਰਮਾਇਆ, ਤੂੰ ਕੋੜੀ ਨਹੀਂ, ਤੂੰ ਆਤਮਾ ਨਿਰਮਲ ਕਰ ਲਈ ਹੈ। ਮਨ ਰੋਗੀ ਹੋ ਜਾਏ ਤਾਂ ਸਰੀਰ ਦੇ ਰੋਗ ਉੱਠ ਖਲੋਂਦੇ ਹਨ। ਸਰੀਰ ਰੋਗੀ ਉਸ ਸਮੇਂ ਹੁੰਦਾ ਹੈ ਜਦ ਆਤਮਾ ਪਾਪਾਂ ਵਿੱਚ ਗ੍ਰਸ ਜਾਏ। ਸਰੀਰ ਨੂੰ ਬਾਣੀ ਨਾਲ ਜੁੜਨ ਦੀ ਜਾਚ ਸਿੱਖ, ਸਾਰੇ ਕੋੜ ਦੂਰ ਹੋ ਜਾਣਗੇ। ਧਨਾਸਰੀ ਮਹੱਲਾ ਪਹਿਲਾ ਦੇ ਪਾਵਨ ਸਿਰਲੇਖ ਹੇਠ ਸਤਿਗੁਰਾਂ ਦਾ ਇਹ ਬਚਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 661 ਅੰਕ 'ਤੇ ਸੁਭਾਏਮਾਨ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਸ਼ਬਦ ਸੁਣਦੇ ਹੀ ਉਸ ਨੇ ਬੂਹਾ ਖੋਲ੍ਹ ਦਿੱਤਾ, ਚਾਨਣ ਹੋਇਆ ਅਤੇ ਸਾਹਿਬ ਉਸ ਨੂੰ ਮਿਲੇ। ਕਿਸੇ ਨੇ ਠੀਕ ਹੀ ਆਖਿਆ, ਮਹਾਂਪੁਰਸ਼ਾਂ ਦੇ ਬਚਨ ਹੀ ਤੰਦਰੁਸਤੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਅੱਜ ਤੱਕ ਹਰ ਜਿਹਵਾ 'ਤੇ ਇਹ ਲੋਕ ਗੀਤ ਚੜ੍ਹਿਆ ਹੋਇਆ ਹੈ, ਆ ਗਿਆ ਬਾਬਾ ਵੈਦ ਰੋਗੀਆਂ ਦਾ। ਆਤਮਕ ਰੋਗਾਂ ਦੇ ਨਾਲ ਨਾਲ ਸਿੱਖ ਘਰ ਨੇ ਸਰੀਰਕ ਰੋਗ ਦੂਰ ਕਰਨ ਦੇ ਉਪਰਾਲੇ ਵੀ ਕੀਤੇ। ਸਿੱਖਾਂ ਨੂੰ ਮਾਣ ਪ੍ਰਾਪਤ ਹੈ ਕਿ ਪੰਜਵੇਂ ਪਾਤਸ਼ਾਹ ਨੇ ਤਰਨ ਤਾਰਨ ਸਾਹਿਬ ਪਹਿਲਾ ਕੋੜੀ ਖਾਨਾ ਉਸਾਰਿਆ ਅਤੇ ਸੱਤਵੇਂ ਪਾਤਸ਼ਾਹ ਹਰ ਰਾਏ ਜੀ ਨੇ ਪਸ਼ੂਆਂ ਦੇ ਦਾਰੂ ਸੰਭਾਲ ਲਈ ਕੀਰਤਪੁਰ ਸ਼ਫਾਖਾਨਾ ਵੀ ਬਣਾਇਆ। ਸਤਿਗੁਰੂ ਰਹਿਮਤਾਂ ਦੇ ਪੁੰਜ, ਦਿਆਲਤਾ ਦੇ ਸਾਗਰ ਇਸ ਪਾਵਨ ਅਸਥਾਨ 'ਤੇ ਦੀਪਾਲਪੁਰ ਦੇ ਕੋੜੀ ਦਾ ਰੋਗ ਕੱਟਿਆ ਅਤੇ ਉਸ ਦੇ ਹਿਰਦੇ ਵਿੱਚ ਬਾਣੀ ਦਾ ਐਸਾ ਸੁਭਾਅ ਪ੍ਰਗਟ ਹੋਇਆ ਕਿ ਗੁਰੂ ਨਾਨਕ ਦੇ ਦੀਦਾਰ ਕਰਕੇ, ਗੁਰੂ ਨਾਨਕ ਦੇ ਚਰਨੀ ਲੱਗ ਕੇ ਉਹ ਕੋੜੀ ਵੀ ਨਰੋਆ ਹੋ ਗਿਆ। ਕੇਵਲ ਸਰੀਰ ਕਰਕੇ ਨਹੀਂ, ਆਤਮਕ ਤੌਰ 'ਤੇ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਮਾਣ ਨਾਲ ਆਖੀਏ, ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਰਣਾਇੰਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤੇ ਨਾ ਮਿਲਾਇਆ, ਜਿਨ੍ਹਾਂ
ਤੁਰੇ ਪਿਆ ਸੰਜੋਗ। ਜਿੱਥੇ ਜਾਏ ਬਈ ਭਲਾ ਕਈ